बहुत बहुत शुक्रिया सारे अपना महिला मोर्चा युवा मोर्चा ये तीनों मोर्चे कहोजे है ਬਹੁਤ ਕਿਹਾ ਕਰਨਾ ਬਹੁਤ ਤੁਸੀਂ ਕੋਈ ਜ਼ਰੂਰਤ ਨਾ ਸਮਝੋ ਵੀ ਕੋਈ ਹੋਰ ਤੁਹਾਨੂੰ ਕਿਤੋਂ ਮੈਸੇਜ ਆਵੇ ਜਾਂ ਲਿਖਤੀ ਰੂਪ ਆਵੇ ਇਹਨਾਂ ਦੀ ਹਾਜ਼ਰੀ 'ਚ ਮੈਂ ਕਹਿ ਰਿਹਾ ਕਿ ਤੁਸੀਂ ਮਹਿਲਾ ਮੋਰਚਾ ਦੇ ਭਾਰਤੀ ਜਨਤਾ ਪਾਰਟੀ ਨੇ ਕੱਲ੍ਹ ਆਪਣਾ ਕੈਂਡੀਡੇਟ ਹੰਸਰਾਜ ਹੰਸ ਜੀ ਨੂੰ ਘੋਸ਼ਣਾ ਵੀ ਕਰ ਦਿੱਤੀ ਹੈ ਔਰ ਜਿਵੇਂ ਤੁਸੀਂ ਦੱਸਿਆ ਕਿ ਇਤਿਹਾਸ ਦੀ ਗੱਲ ਹੈ ਤਾਂ ਮੈਂ ਇਹ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਇਸ ਵਾਰੀ ਫਰੀਦਕੋਟ 'ਚ ਇਤਿਹਾਸ ਰਚਣ ਜਾ ਰਹੀ ਹੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਦੇ ਕੈਂਡੀਡੇਟ ਡਿਕਲੇਅਰ ਹੋਇਆ ਉਦੋਂ ਦੇ ਇਸ ਫਰੀਦਕੋਟ ਹਲਕੇ ਦੇ ਲੋਕਾਂ ਨਾਲ ਜਿਹੜਾ ਮਿਲਣਾ ਹੋਇਆ ਜਾਂ ਉਹਨਾਂ ਦੇ ਜਿੰਨਾ ਵੀ ਸੰਪਰਕ ਹੋਇਆ ਹਰ ਵਿਅਕਤੀ ਇਸ ਗੱਲ ਤੋਂ ਉਤਸ਼ਾਹਿਤ ਹੈ ਕਿ ਇੱਕ ਬਹੁਤ ਅੱਛਾ ਕੈਂਡੀਡੇਟ ਜਿਹੜਾ ਹੈਗਾ ਵਾ ਭਾਰਤੀ ਜਨਤਾ ਪਾਰਟੀ ਨੇ ਇਸ ਹਲਕੇ ਨੂੰ ਦਿੱਤਾ ਹੈ ਸਾਫ਼ ਸੁਥਰੀ ਇਮੇਜ ਹੈ ਪੰਜਾਬ ਦਾ ਇੱਕ ਸਿਤਾਰਾ ਇੱਕ ਚਮਕਦਾ ਸਿਤਾਰਾ ਜਿਹਦੇ ਕੋਈ ਉਂਗਲ ਨਹੀਂ ਚੱਕ ਸਕਦਾ ਪੂਰੀ ਸ਼ਕਤੀ ਦੇ ਨਾਲ ਇਸ ਚੁਣਾਵ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਦਮਖਮ ਦੇ ਨਾਲ ਲੱਗੀਆਂ ਹੋਈਆਂ ਨੇ ਔਰ ਅਸੀਂ ਇਹ ਚੁਣਾਵ ਦੀ ਘੋਸ਼ਣਾ ਤੱਕ ਲਗਭਗ ਆਪਣਾ ਸਾਰਾ ਗਰਾਊਂਡ ਵਰਕ ਜਿਹੜਾ ਹੈਗਾ ਵੈ 13-13 ਸੀਟਾਂ ਦੇ ਉੱਤੇ ਕਰ ਚੁੱਕੇ ਹਾਂ ਔਰ ਅੱਜ ਦੀ ਜਿਹੜੀ ਬੈਠਕ ਹੈਗੀ ਹੈ ਪਹਿਲਾਂ ਅਸੀਂ ਸਵੇਰੇ ਜਿਹਨਾਂ ਨੂੰ ਅਸੀਂ ਲੋਕ ਸਭਾ ਦਾ ਕੰਮ ਵੰਡਿਆ ਹੈਗਾ ਉਹਨਾਂ ਦੀ ਸੀਗੀ ਇਹਦੇ ਬਾਅਦ ਧਰਮਕੋਟ ਜਾਣ ਵਾਲਾ ਵਾਂ ਯਾਨੀ ਕਿ ਜਿਹੜੇ 9 ਦੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਵੈ ਮੈਂ ਅੱਜ ਔਰ ਕੱਲ੍ਹ ਜਿਹੜਾ ਹੈਗਾ ਵੈ ਉੱਥੇ ਜਾ ਕੇ ਬੈਠਕਾਂ ਕਰਕੇ ਉੱਥੇ ਤਿਆਰੀਆਂ ਦੀ ਸਮੀਖਿਆ ਕਰ ਰਿਹਾ ਔਰ ਤੁਹਾਡੇ ਮਾਧਿਅਮ ਨਾਲ ਮੈਂ ਇਹ ਕਹਿ ਸਕਦਾ ਕਿ ਫਰੀਦਕੋਟ ਦੀ ਸੀਟ ਇਸ ਵਾਰੀ ਭਾਰਤੀ ਜਨਤਾ ਪਾਰਟੀ ਥੰਪਿੰਗ ਮੈਜੋਰਟੀ ਨਾਲ ਜਿੱਤੇਗੀ ਕਰਮਜੀਤ ਅਨਮੋਲ ਨੂੰ ਦੇਖਦੇ ਹੋਏ ਜੀ ਕੰਪੈਰੀਟਿਵ ਮੈਦਾਨ 'ਚ ਉਤਾਰਿਆ ਗਿਆ ਹੰਸਰਾਜ ਨੂੰ ਦੇਖੋ ਮੈਂ ਕਿਸੇ ਕਲਾਕਾਰ ਮੈਂ ਹਰ ਕਲਾਕਾਰ ਦੀ ਇੱਜ਼ਤ ਕਰਦਾ ਕਿਉਂਕਿ ਉਹ ਇੱਕ ਕਲਾ ਦੇ ਖੇਤਰ 'ਚੋਂ ਆਏ ਨੇ ਮੈਂ ਕਿਸੇ ਇੱਕ ਮਿੰਟ ਇੱਕ ਦਾ ਜਵਾਬ ਦੇਦਾ ਜਿਹੜਾ ਵੀ ਕਲਾਕਾਰ ਹੈ ਉਹ ਆਪਣੀ ਕਲਾ ਦੇ ਮਾਧਿਅਮ ਦੇ ਨਾਲ ਜਨਤਾ 'ਚ ਪਾਪੂਲਰ ਹੁੰਦਾ ਲੇਕਿਨ ਆਪਾਂ ਅੱਛੀ ਤਰ੍ਹਾਂ ਦੇਖ ਸਕਦੇ ਹਾਂ ਕਿ ਹੰਸ ਜੀ ਦਾ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਜੋ ਹੈਗਾ ਵਾ ਉਹ ਤੁਹਾਡੇ ਸਾਹਮਣੇ ਹੈਗਾ ਮਹਿਲਾ ਮੋਰਚਾ ਯੁਵਾ ਮੋਰਚਾ ਇਹ ਤਿੰਨੋਂ ਮੋਰਚੇ ਕਿਹੋ ਜਿਹੇ ਹੈ ਬਹੁਤ ਕਿਹਾ ਕਰਨਾ ਬਹੁਤ ਤੁਸੀਂ ਕੋਈ ਜ਼ਰੂਰਤ ਨਾ ਸਮਝੋ ਵੀ ਕੋਈ ਹੋਰ ਤੁਹਾਨੂੰ ਕਿਤੋਂ ਮੈਸੇਜ ਆਵੇ ਜਾਂ ਲਿਖਤੀ ਰੂਪ 'ਚ ਆਵੇ ਇਹਨਾਂ ਦੀ ਹਾਜ਼ਰੀ 'ਚ ਮੈਂ ਕਹਿ ਰਿਹਾ ਕਿ ਤੁਸੀਂ ਮਹਿਲਾ ਮੋਰਚਾ ਦੇ ਭਾਰਤੀ ਜਨਤਾ ਪਾਰਟੀ ਨੇ ਕੱਲ੍ਹ ਆਪਣਾ ਕੈਂਡੀਡੇਟ ਹੰਸਰਾਜ ਹੰਸ ਜੀ ਨੂੰ ਘੋਸ਼ਣਾ ਵੀ ਕਰ ਦਿੱਤੀ ਹੈ ਔਰ ਜਿਵੇਂ ਤੁਸੀਂ ਦੱਸਿਆ ਕਿ ਇਤਿਹਾਸ ਦੀ ਗੱਲ ਹੈ ਤਾਂ ਮੈਂ ਇਹ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਇਸ ਵਾਰੀ ਫਰੀਦਕੋਟ 'ਚ ਇਤਿਹਾਸ ਰਚਣ ਜਾ ਰਹੀ ਹੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਦੇ ਕੈਂਡੀਡੇਟ ਡਿਕਲੇਅਰ ਹੋਇਆ ਉਦੋਂ ਦੇ ਇਸ ਫਰੀਦਕੋਟ ਹਲਕੇ ਦੇ ਲੋਕਾਂ ਨਾਲ ਜਿਹੜਾ ਮਿਲਣਾ ਹੋਇਆ ਜਾਂ ਉਹਨਾਂ ਦੇ ਜਿੰਨਾ ਵੀ ਸੰਪਰਕ ਹੋਇਆ ਹਰ ਵਿਅਕਤੀ ਇਸ ਗੱਲ ਤੋਂ ਉਤਸ਼ਾਹਿਤ ਹੈ ਕਿ ਇੱਕ ਬਹੁਤ ਅੱਛਾ ਕੈਂਡੀਡੇਟ ਜਿਹੜਾ ਹੈਗਾ ਵਾ ਭਾਰਤੀ ਜਨਤਾ ਪਾਰਟੀ ਨੇ ਇਸ ਹਲਕੇ ਨੂੰ ਦਿੱਤਾ ਹੈ ਸਾਫ਼ ਸੁਥਰੀ ਇਮੇਜ ਹੈ ਪੰਜਾਬ ਦਾ ਇੱਕ ਸਿਤਾਰਾ ਇੱਕ ਚਮਕਦਾ ਸਿਤਾਰਾ ਜਿਹਦੇ ਕੋਈ ਉਂਗਲ ਨਹੀਂ ਚੱਕ ਸਕਦਾ ਪੂਰੀ ਸ਼ਕਤੀ ਦੇ ਨਾਲ ਇਸ ਚੁਣਾਵ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਦਮਖਮ ਦੇ ਨਾਲ ਲੱਗੀਆਂ ਹੋਈਆਂ ਨੇ ਔਰ ਅਸੀਂ ਇਹ ਚੁਣਾਵ ਦੀ ਘੋਸ਼ਣਾ ਤੱਕ ਲਗਭਗ ਆਪਣਾ ਸਾਰਾ ਗਰਾਊਂਡ ਵਰਕ ਜਿਹੜਾ ਹੈਗਾ ਵੈ 13-13 ਸੀਟਾਂ ਦੇ ਉੱਤੇ ਕਰ ਚੁੱਕੇ ਹਾਂ
ਔਰ ਅੱਜ ਦੀ ਜਿਹੜੀ ਬੈਠਕ ਹੈਗੀ ਹੈ, ਪਹਿਲਾਂ ਅਸੀਂ ਸਵੇਰੇ ਜਿਹੜੇ ਜਿਹਨਾਂ ਨੂੰ ਅਸੀਂ ਲੋਕ ਸਭਾ ਦਾ ਕੰਮ ਵੰਡਿਆ ਹੈਗਾ ਉਹਨਾਂ ਦੀ ਸੀਗੀ। ਇਹਦੇ ਬਾਅਦ ਧਰਮਕੋਟ ਜਾਣ ਵਾਲਾ ਵਾਂ, ਯਾਨੀ ਕਿ ਜਿਹੜੇ 9 ਦੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਵੈ ਮੈਂ ਅੱਜ ਔਰ ਕੱਲ੍ਹ ਜਿਹੜਾ ਹੈਗਾ ਵੈ ਉੱਥੇ ਜਾ ਕੇ ਬੈਠਕਾਂ ਕਰਕੇ ਉੱਥੇ ਤਿਆਰੀਆਂ ਦੀ ਸਮੀਕਸ਼ਾ ਕਰ ਰਿਹਾ। ਔਰ ਤੁਹਾਡੇ ਮਾਧਿਅਮ ਨਾਲ ਮੈਂ ਇਹ ਕਹਿ ਸਕਦਾ ਕਿ ਫਰੀਦਕੋਟ ਦੀ ਸੀਟ ਇਸ ਵਾਰੀ ਭਾਰਤੀ ਜਨਤਾ ਪਾਰਟੀ ਥੰਪਿੰਗ ਮੈਜੋਰਿਟੀ ਨਾਲ ਜਿੱਤੇਗੀ। ਕਰਮਜੀਤ ਅਨਮੋਲ ਨੂੰ ਦੇਖਦੇ ਹੋਏ ਜੀ ਕੰਪੈਰੀਟਿਵ ਮੈਦਾਨ ਚ ਉਤਾਰਿਆ ਗਿਆ ਹੰਸਰਾਜ ਨੂੰ? ਦੇਖੋ ਮੈਂ ਕਿਸੇ ਕਲਾਕਾਰ, ਮੈਂ ਹਰ ਕਲਾਕਾਰ ਦੀ ਇੱਜ਼ਤ ਕਰਦਾ ਕਿਉਂਕਿ ਉਹ ਇੱਕ ਕਲਾ ਦੇ ਖੇਤਰ ਚੋਂ ਆਏ ਨੇ। ਮੈਂ ਕਿਸੇ ਇੱਕ ਮਿੰਟ ਇੱਕ ਦਾ ਜਵਾਬ ਦੇ ਦਾਂ। ਜਿਹੜਾ ਵੀ ਕਲਾਕਾਰ ਹੈ ਉਹ ਆਪਣੀ ਕਲਾ ਦੇ ਮਾਧਿਅਮ ਦੇ ਨਾਲ ਜਨਤਾ 'ਚ ਪਾਪੂਲਰ ਹੁੰਦਾ, ਲੇਕਿਨ ਆਪਾਂ ਅੱਛੀ ਤਰ੍ਹਾਂ ਦੇਖ ਸਕਦੇ ਹਾਂ ਕਿ ਹੰਸ ਜੀ ਦਾ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਜੋ ਹੈਗਾ ਵੈ ਉਹ ਤੁਹਾਡੇ ਸਾਹਮਣੇ ਹੈਗਾ।